ਤੇ ਇਹਦੇ ਵਿੱਚ ਕੋਈ ਰੋਮਾਂਸ ਵਗੈਰਾ ਦੇਖਣ ਨੂੰ ਮਿਲੂਗਾ? ਵਿਚੋਲਾ ਤੁਹਾਡਾ ਮਾੜਾ ਸੀਗਾ? ਓਏ ਕੀ ਬਾਤ, ਵਿਚੋਲਾ ਬੜਾ ਡੀਪ ਸੀ ਨਾ। ਉਹ ਕਹਿੰਦਾ ਕਹਿੰਦਾ ਵੀ ਜ਼ੋਰ ਬਾਲਾ ਵੀ ਕੁੜੀ ਨੇ ਜ਼ੋਰ ਤੋਂ ਕੀ ਉਹ ਕਰਾਉਣਾ ਬੋਰੀਆਂ ਚਕੋਰੀਆਂ। ਤੁਹਾਨੂੰ ਚਿੱਟੀ ਸ਼ਰਟ ਬੜੀ ਪਸੰਦ ਹੈ, ਕੀ ਚੱਕਰ ਹੈ? ਦਿੱਤੀ ਤਾਂ ਨਹੀਂ ਕਿਸੇ ਨੇ? ਇਹ ਤਾਂ ਬੜੀ ਡੂੰਘੀ। ਦੇਵ ਕਰੋੜ ਦੀ ਬਾਈ ਦੀ ਗਾਂਧੀ ਦੇ ਵਕਤ ਮੇਰੇ ਖਿਆਲ ਬਲੈਕ ਪਾਈ ਸੀ, ਅੱਜ ਵੀ ਬਲੈਕ ਪਾਈ, ਚੱਕਰ ਕੀ ਹੈ? ਇੱਕ ਸਬੱਬ ਨੇ ਕਈ ਵਾਰ ਚੀਜ਼ਾਂ ਜੁੜ ਜਾਂਦੀਆਂ। ਸਾਡੇ ਨਾਲ ਵੀ ਅੱਜ ਬਾਪਰੀ ਮਹਾਵੀਰ ਭੁੱਲਰ ਜੀ ਕਹਿ ਕੇ ਗਏ ਨੇ, ਕਹਿੰਦੇ ਵੀ ਹਰ ਇੱਕ ਚੈਨਲ ਦਾ ਨਾਮ ਇੰਗਲਿਸ਼ 'ਚ ਰਿਹਾ, ਤਾਂ ਇਹਦਾ ਸਾਡੇ ਵਾਲੀ ਕਿਉਂ? ਤੁਹਾਡਾ ਵੀ ਤਾਂ ਸਟੋਰੀ ਹੈ ਇਸੇ ਕਰਕੇ। ਮੈਂ ਇਹ ਇੰਝ ਡਰਾਉਣ ਨੂੰ ਨਹੀਂ ਰੱਖੇ, ਮੈਂ ਬੜਾ ਨਿਰਮ ਜਿਹਾ ਬੰਦਾ ਮੇਰੇ, ਮੈਂ ਤਾਂ ਦਿਲਾਂ 'ਤੇ ਆਪਾਂ ਪਿਆਰ ਮੁਹੱਬਤ ਨਾਲ ਗੱਲ ਕਰਨੀ ਪਈ। ਅਸੀਂ ਟ੍ਰੇਲਰ ਦੇਖ ਰਹੇ ਸੀਗਾ ਤਾਂ ਬਹੁਤ ਸਾਰੇ ਪੱਤਰਕਾਰ ਕਹਿ ਰਹੇ ਸੀਗੇ ਪਿੱਛੋਂ ਕਿ ਮੂਵੀ ਦਾ ਟ੍ਰੇਲਰ ਹੈ ਬਾ ਕਮਾਲ ਹੈ। ਸੋ ਜੇ ਅੱਜ ਟ੍ਰੇਲਰ ਰਿਲੀਜ਼ ਹੋਇਆ ਤਾਂ ਤਿੰਨ ਰਿਲੀਜ਼ ਹੋ ਰਹੀ ਹੈ, ਸਾਰਾ ਸ਼੍ਰੇਅ ਦੀਪ ਹੋ ਜਾਂਦਾ। ਮੈਂ ਤਾਂ ਬਾਈ ਦੀਪ, ਸਾਡਾ ਪਿਛੋਕੜ ਇੱਕੋ ਹੀ ਹੈ। ਇਹ ਬਾਈ ਦੀਪ ਦੀ ਹੀ ਫਿਲਮ ਹੈ। ਸਤਿ ਸ਼੍ਰੀ ਅਕਾਲ, ਮੈਂ ਜਸਪ੍ਰੀਤ, ਤੁਸੀਂ ਦੇਖ ਰਹੇ ਹੋ ਦਾ ਸਟੋਰੀ ਟੀਵੀ। ਫਾਈਨਲੀ ਸਾਡੇ ਵਾਲੇ ਮੂਵੀ ਦਾ ਜਿਹੜਾ ਟ੍ਰੇਲਰ ਹੈ ਰਿਲੀਜ਼ ਹੋ ਗਿਆ, 29 ਤਰੀਕ ਨੂੰ ਜਿਹੜਾ ਮੂਵੀ ਫਾਈਨਲੀ ਰਿਲੀਜ਼ ਹੋ ਜਾਣੀ ਹੈ। ਸੋ ਬਾਈ ਦੀਪ ਸਿੱਧੂ ਇਸ ਮੂਵੀ ਦੇ ਵਿੱਚ ਇੱਕ ਖਾਸ ਕਰੈਕਟਰ ਨੇ, ਪਰ ਦੀਪ ਸਿੱਧੂ ਸਾਡੇ ਦਰਮਿਆਨ ਨਹੀਂ ਨੇ। ਪਰ ਜੇ ਗੱਲ ਕਰੀਏ ਮੂਵੀ ਦੇ ਬਾਰੇ ਤਾਂ ਬਹੁਤ ਵਧੀਆ ਵਧੀਆ ਕਰੈਕਟਰ ਹੋਰ ਵੀ ਨੇ ਜੋ ਅੱਜ ਸਾਡੇ ਨਾਲ ਜੁੜੇ ਹੋਏ ਨੇ। ਬਾਈ ਸੁਖਦੀਪ ਸਿੰਘ ਸਾਡੇ ਨਾਲ ਨੇ, ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ। ਸਭ ਤੋਂ ਪਹਿਲਾਂ ਤਾਂ ਅੱਜ ਤੁਹਾਨੂੰ ਟ੍ਰੇਲਰ ਦੇ ਲਈ ਮੁਬਾਰਕਾਂ, ਅਤੇ ਕਿਵੇਂ ਦਾ ਲੱਗ ਰਿਹਾ? ਠੀਕ ਲੱਗ ਰਿਹਾ ਬਈ, ਮਤਲਬ ਮਿਕਸ ਜਿਹੇ ਇਮੋਸ਼ਨਸ ਨੇ, ਖੁਸ਼ੀ ਗਮੀ ਨਹੀਂ ਕਹੂੰਗਾ, ਬਟ ਇਹ ਆ ਵੀ ਮੈਂ ਇਸ ਚੀਜ਼ ਦੀ ਮੈਨੂੰ ਸੰਤੁਸ਼ਟੀ ਹੈ, ਬਾਈ ਦੀਪ ਵੀ ਇਸ ਚੀਜ਼ ਨੂੰ ਖੁਸ਼ ਹੋ ਵੀ ਸਾਡਾ ਅੱਜ ਫਾਈਨਲ ਟ੍ਰੇਲਰ ਆਇਆ, ਕਿਉਂਕਿ ਇਹ ਫਿਲਮ ਨਾ ਹੋ ਕੇ ਇੱਕ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਸਾਡੀ ਰਹੀ ਹੈ। ਸੋ ਜੇ ਅੱਜ ਟ੍ਰੇਲਰ ਰਿਲੀਜ਼ ਹੋਇਆ ਤਾਂ ਤਿੰਨ ਰਿਲੀਜ਼ ਹੋ ਰਹੀ ਹੈ, ਤਾਂ ਸਾਰਾ ਸ਼੍ਰੇਅ ਦੀਪ ਨੂੰ ਜਾਂਦਾ, ਅਤੇ ਮੈਨੂੰ ਲੱਗਦਾ ਵੀ ਦੀਪ ਬਾਈ ਸਾਡੇ ਆਸੇ ਪਾਸੇ ਆ, ਬਹੁਤ ਖੁਸ਼ ਹੋਊਗਾ। ਕਿੱਦਾਂ ਦੀ ਜਿਹੜੀ ਮੂਵੀ ਦੇ ਵਿੱਚ ਕਿੱਦਾਂ ਦਾ ਕਨਸੈਪਟ ਲਿਆ ਗਿਆ, ਕਿੱਦਾਂ ਦੀ ਰਹੂਗੀ ਮੂਵੀ ਅੱਗੇ? ਟ੍ਰੇਲਰ ਤੁਸੀਂ ਦੇਖ ਹੀ ਲਿਆ ਬਾਈ ਜੀ, ਇਹ ਬੇਸਿਕਲੀ ਪਿੰਡ ਦੇ ਕਹਾਣੀ ਦੀ ਗੱਲ ਹੈ, ਸਾਡੇ ਪਿੰਡੂ ਪਿਛੋਕੜ ਦੀਆਂ ਕਹਾਣੀਆਂ, ਉਹਨਾਂ ਦੇ ਨੁਆਇੰਸਿਸ, ਸਾਡੇ ਪਿੰਡ ਦੇ ਲੋਕ ਕਿਵੇਂ ਵਰਤਦੇ ਨੇ, ਕਿਵੇਂ ਸਾਡੇ ਪਿਆਰ ਆ, ਕਿਵੇਂ ਅਪਣਾਤੇ, ਜੇ ਪਿਆਰ ਆ ਤਾਂ ਦੁਸ਼ਮਣੀ ਵੀ ਕਿਵੇਂ ਆ। ਸੋ ਇਸ ਉਸ ਤੰਦਾਂ ਉਲਝੀਆਂ ਤੰਦਾਂ ਦੀ ਕਹਾਣੀ ਪਾਉਂਦੀ ਆ ਸਾਡੇ ਵਾਲੇ ਬਠਿੰਡੇ ਦੇ ਰੇਤਲੇ ਇਲਾਕੇ 'ਚ। ਯੂਨੀਕ ਜਿਹਾ ਨਾਮ ਰੱਖਿਆ, ਬੜਾ ਡਿਫਰੈਂਟ ਨਾਮ ਹੈ, ਬਹੁਤ ਸਾਰੀਆਂ ਮੂਵੀਆਂ ਨੇ ਜਿਨ੍ਹਾਂ ਦਾ ਨਾਮ ਇੰਗਲਿਸ਼ 'ਚ ਵੀ ਹੁੰਦਾ ਹੈ ਨਾ। ਸਾਡੇ ਨਾਲ ਵੀ ਅੱਜ ਬਾਪਰੀ ਮਹਾਵੀਰ ਭੁੱਲਰ ਜੀ ਕਹਿ ਕੇ ਗਏ ਨੇ, ਕਹਿੰਦੇ ਵੀ ਹਰ ਇੱਕ ਚੈਨਲ ਦਾ ਨਾਮ ਇੰਗਲਿਸ਼ 'ਚ ਰਿਹਾ, ਤਾਂ ਇਹਦਾ ਸਾਡੇ ਵਾਲੀ ਕਿਉਂ? ਤੁਹਾਡਾ ਵੀ ਦਾ ਸਟੋਰੀ ਹੈ ਇਸੇ ਕਰਕੇ ਯਾਰ। ਇਹਦਾ ਨਾ ਤੁਹਾਡਾ ਇੱਕ ਇਹ ਹੈ ਕਿ ਗੱਲ ਇਹ ਨਹੀਂ ਹੁੰਦੀ ਤੁਸੀਂ ਕੀ ਰੱਖਦੇ ਹੋ, ਨਾ ਗੱਲ ਇਹ ਵੀ ਨਹੀਂ ਹੁੰਦੀ ਤੁਸੀਂ ਇੰਗਲਿਸ਼ 'ਚ ਗੱਲ ਕਰਦੇ ਹੋ, ਤੁਹਾਨੂੰ ਹਰ ਚੀਜ਼ ਦੀ ਨੌਲੇਜ ਹੋਣੀ ਜ਼ਰੂਰੀ ਹੈ, ਪਰ ਤੁਹਾਡਾ ਇੱਕ ਪਿਛੋਕੜ ਹੁੰਦਾ, ਤੁਹਾਨੂੰ ਉਹਨੂੰ ਯਾਦ ਰੱਖਣਾ ਚਾਹੀਦਾ। ਜੇ ਤੁਸੀਂ ਸਟੋਰੀ ਦਾ ਟਾਈਟਲ ਰੱਖਿਆ, ਇਹ 'ਚ ਕੋਈ ਹਾਮੀ ਨਹੀਂ, ਬਟ ਇਹ ਨਹੀਂ ਹੋਣਾ ਚਾਹੀਦਾ ਵੀ ਦਾ ਸਟੋਰੀ ਰੱਖ ਕੇ ਤੁਸੀਂ ਆਪਣੀ ਭਾਸ਼ਾ ਭੁੱਲ ਜਾਓ ਜਾਂ ਤੁਸੀਂ ਕਹਾਣੀ ਨੂੰ ਵਿਸਾਰ ਦਿਓ। ਸੋ ਗੱਲ ਉੱਥੇ ਹੀ ਹੈ ਵੀ ਸਾਡਾ, ਜੇ ਮੈਨੂੰ ਲੱਗਦਾ ਸਾਡੇ ਵਾਲੇ ਬਣੀ ਆ, ਉਹ ਤਾਂ ਮੇਨ ਕਾਰਨ ਇਹ ਵੀ ਰਿਹਾ ਵੀ ਮੈਂ ਤਾਂ ਬਾਈ ਦੀਪ ਸਾਡਾ ਪਿਛੋਕੜ ਇੱਕੋ ਹੀ ਹੈ, ਅਤੇ ਸਾਡੀ ਇਹ ਫਰਜ਼ ਵੀ ਬਣਦਾ ਹੈ, ਫਰਜ਼ ਨਾ ਕਰਕੇ ਸਾਡਾ ਇੱਕ ਦਿਲੋਂ ਚਾਅ ਵੀ ਸੀਗਾ ਵੀ ਅਸੀਂ ਆਪਣੇ ਪਿੰਡ ਦੀ ਗੱਲ ਕਰੀਏ, ਕਿਉਂਕਿ ਅੱਜ ਕੱਲ੍ਹ ਪੰਜਾਬੀ ਫਿਲਮਾਂ ਪਿੰਡਾਂ ਦੀ ਗੱਲ ਘੱਟ ਕਰਦੀ ਹੈ। ਅਸੀਂ ਪਿੰਡਾਂ ਦੀ ਗੱਲ ਕਰਦੇ ਵੀ ਹੋਏ, ਆਪਣੇ ਦੀ ਗੱਲ ਕਰਦੇ ਵੀ ਹੋਏ, ਅਸੀਂ ਪਿਆਰ ਦੀ ਗੱਲ ਵੀ ਕਰਨੀ ਆ, ਅਸੀਂ ਮੋਹ ਦੀ ਗੱਲ ਵੀ ਕਰਨੀ ਆ, ਅਸੀਂ ਦੁਸ਼ਮਣੀ ਦੀ ਵੀ ਗੱਲ ਕਰਨੀ ਆ, ਅਤੇ ਛੋਟੀਆਂ ਛੋਟੀਆਂ ਵੇਲ ਬੂਟੀਆਂ ਵੀ ਲਈਆਂ ਜਿਹੜੀਆਂ, ਤੁਸੀਂ ਉਹਦੇ ਬਾਰੇ ਗੱਲ ਕਰੋ। ਦੀਪ ਸਿੱਧੂ ਨਾਲ ਆਪਾਂ ਸਮੇਂ ਬਿਤਾਇਆ ਸੈੱਟ 'ਤੇ ਤੁਸੀਂ ਬਹੁਤ ਸਾਰਾ ਹੈ ਨਾ, ਤਾਂ ਉਹ ਗੱਲ ਕਰਦੇ ਸੀ ਹਮੇਸ਼ਾ ਪੰਜਾਬ ਦੀ ਜਾਂ ਮਿੱਟੀ ਦੀ ਜਗ੍ਹਾ ਜਦੋਂ ਵੀ, ਕਿਉਂਕਿ ਅੰਦੋਲਨ 'ਚ ਕਾਫੀ ਬਾਈ ਦਾ ਉੱਘਾ ਨਾਮ ਰਿਹਾ। ਬਾਈ ਜੀ ਇਹ ਦੋ ਗੱਲਾਂ ਨੇ, ਦੀਪ ਬਾਈ ਨਾ ਸਾਡੇ ਵਾਲੇ ਦੌਰਾਨ, ਉਸ ਦੌਰਾਨ ਬਾਈ ਜੀ ਬਾਹਰ ਬੰਬੇ ਰਹਿੰਦੇ ਸੀ, ਉਸ ਬਾਰੇ ਪੰਜਾਬ ਆਉਂਦੇ ਸੀ, ਪਰ ਉਹਨਾਂ ਦਾ ਸਿੱਧਾ, ਕਿਉਂਕਿ ਬੰਬੇ ਰਹਿਣ ਨਾ ਕੀ ਹੁੰਦਾ, ਤੁਸੀਂ ਪੰਜਾਬ ਦੀਆਂ ਸਮੱਸਿਆਵਾਂ ਨਾਲ ਦੂਰ ਹੋ ਜਾਂਦੇ ਆ। ਮੈਂ ਜੇ ਜਾਊਂਗਾ, ਜੇ ਬੰਬੇ ਜਾ ਕੇ ਜੇ 20 ਦਿਨ ਲਈ ਪੰਜਾਬ ਆਊਂਗਾ,
ਅਤੇ ਪੰਜਾਬ 'ਚ ਆਪਣੇ ਕੰਮ ਕਰਕੇ ਬੰਬੇ ਚੱਲ ਜੂਗਾ। ਪਰ ਜਦੋਂ ਚੀਜ਼ਾਂ ਬਦਲੀਆਂ ਲੋਕਡਾਊਨ 'ਚ ਬਾਈ, ਜਦੋਂ ਫਿਰ ਤੁਸੀਂ ਪ੍ਰੋਪਰ ਪੰਜਾਬ ਦੇ ਤੁਸੀਂ ਅੰਦਰ ਵੜ ਜਾਂਦੇ ਹੋ, ਫਿਰ ਤੁਹਾਨੂੰ ਪਤਾ ਫਿਰ ਬਾਈ ਦਾ ਉਹ ਇੱਕ ਅਲੱਗ ਜਰਨੀ ਹੈ। ਸਾਡੇ ਵਾਲੇ ਤੋਂ ਪਹਿਲਾਂ ਇੱਕ ਅਲੱਗ ਜਰਨੀ ਸੀ, ਸਾਡੇ ਵਾਲੇ ਦੌਰਾਨ ਵੀ ਅਲੱਗ ਜਰਨੀ ਸੀ, ਉਸ ਤੋਂ ਬਾਅਦ ਫਿਰ ਚੀਜ਼ਾਂ ਚੇਂਜ ਹੋਈਆਂ। ਉਸ ਤੋਂ ਬਾਅਦ ਜੋ ਦੀਪ ਸਿੱਧੂ ਹਰਦੀਪ ਸਿੱਧੂ ਬਣ ਕੇ ਨਿਕਲਿਆ, ਉਹ ਇੱਕ ਵੱਖਰਾ ਵਿਸ਼ਾ। ਪਿਛੋਕੜ ਦੀ ਗੱਲ ਕੀਤੀ ਹੈ ਤੁਸੀਂ ਹੁਣੀ, ਅਤੇ ਪਿਛੋਕੜ ਤੁਹਾਡਾ ਵੀ ਕਿਤੇ ਨਾ ਕਿਤੇ ਰੰਗ ਮੰਚ ਨਾਲ, ਥੀਏਟਰ ਨਾਲ ਜੁੜਿਆ ਹੋਇਆ, ਕਿਵੇਂ ਦੇਖਦੇ ਹੋ ਅੱਜ? ਇੱਕ ਵੱਡੇ ਪਰਦੇ 'ਤੇ ਕੰਮ ਕਰਦੇ ਹੋ ਅਤੇ ਕਿਸੇ ਟਾਈਮ ਨਾਟਕ ਕਰਦੇ ਸੀ, ਨੁੱਕੜ ਨਾਟਕ ਕਰਦੇ ਸੀ। ਗੱਲ ਇਹ ਹੈ ਵੀ ਮੈਨੂੰ ਇਹ ਲੱਗਦਾ ਵੀ ਜਿਹੜਾ ਥੀਏਟਰ ਹੈ ਨਾ, ਇਹ ਥੀਏਟਰ ਤੁਹਾਨੂੰ ਅਦਾਕਾਰ ਤਾਂ ਬਣਾਉਂਦਾ, ਤੁਹਾਨੂੰ ਕਿਤੇ ਨਾ ਕਿਤੇ ਅੱਛਾ ਇਨਸਾਨ ਬਣਾਉਣ ਲਈ ਵੀ ਪ੍ਰੇਰਦਾ। ਮੇਰਾ ਇੱਕ ਜ਼ਾਤੀ ਤੌਰ 'ਤੇ ਮੈਨੂੰ ਲੱਗਦਾ ਕਿ ਤੁਸੀਂ ਅਦਾਕਾਰ ਹੋਣੇ ਅੱਛੇ ਜ਼ਰੂਰੀ ਹੈ, ਉਹਦੇ ਨਾਲ ਅੱਛੇ ਇਨਸਾਨ ਹੋਣੇ ਵੀ ਬਹੁਤ ਜ਼ਰੂਰੀ ਹੈ। ਮੇਰਾ ਨਾਤਾ ਆਪਣੇ ਸਹਿਮਲ ਜੋਨ ਭਾਅ ਜੀ ਨਾਲ ਹੈ, ਮੇਰੇ ਉਹਨਾਂ ਨਾਲ ਬਹੁਤ ਪੁਰਾਣੀ ਸਾਂਝ ਹੈ। ਪਰ ਸਾਡਾ ਨਾਤਾ ਇਹ ਹੈ ਵੀ ਅਸੀਂ ਇਕੱਠੇ ਟਾਈਮ ਸਪੈਂਡ ਕਰਦੇ ਹਾਂ ਅਤੇ ਕਿਤੇ ਨਾ ਕਿਤੇ ਜ਼ਿੰਦਗੀ ਬਾਰੇ, ਪਿਆਰ ਬਾਰੇ, ਇਨਸਾਨਾਂ ਬਾਰੇ ਗੱਲਾਂ ਕਰਦੇ ਹਾਂ, ਅਤੇ ਕਿਤੇ ਨਾ ਕਿਤੇ ਮਾੜਾ ਮੋਟਾ ਉਹ ਰੰਗ ਮੇਰੇ 'ਤੇ ਵੀ ਚੜ੍ਹਦਾ, ਕਿਉਂਕਿ ਸਹਿਮਲ ਜੋਨ ਦਾ ਬਹੁਤ ਵੱਡਾ ਨਾਮ ਹੈ ਪੰਜਾਬੀ ਸਾਹਿਤ 'ਚ ਅਤੇ ਪੰਜਾਬੀ ਨਾਟਕਾਂ 'ਚ। ਅਤੇ ਮੈਂ ਵੀ ਮਾੜੀ ਮੋਟੀ ਕੋਸ਼ਿਸ਼ ਕਰਦਾ ਵੀ ਜੋ ਮੇਰੇ ਹਿੱਸੇ ਆਇਆ ਮੈਂ ਕਰਦਾ, ਮਾੜੀ ਮੋਟੀ ਕੋਸ਼ਿਸ਼ ਕਰਦਾ। ਮੈਂ ਆਪਣੇ ਆਪ ਨੂੰ ਕੋਈ ਐਡਾ ਵੱਡਾ ਮਾਰਕਾ ਨਹੀਂ ਮਾਰਦਾ, ਮੈਂ ਜੇ ਆਪਣੇ ਆਪ ਨੂੰ ਬਿਗਨਰ ਮੰਨਦਾ ਪੰਜਾਬੀ ਇੰਡਸਟਰੀ 'ਚ, ਕਿਉਂਕਿ ਮੈਂ ਅਜਿਹਾ ਕੁਝ ਕੋਈ ਕੰਮ ਨਹੀਂ ਕੀਤਾ ਵੀ ਜਿਹੜਾ ਮੈਨੂੰ ਲੱਗੇ ਕਿ ਮੈਂ ਬਹੁਤ ਵੱਡਾ ਕੰਮ ਕੀਤਾ। ਜੇ ਕੰਮ ਤੁਸੀਂ ਕੀਤਾ ਵੀ ਹੋਵੇ, ਫਿਰ ਵੀ ਤੁਸੀਂ ਕਹਿਣਾ ਚਾਹੀਦਾ ਮੈਂ ਬਹੁਤ ਵੱਡਾ ਕੰਮ ਕੀਤਾ, ਕਿਉਂਕਿ ਸਾਡੇ ਵਾਲੀ ਜੇ ਮੰਨਿਆ ਜਾਵੇ ਮੇਰੇ ਕੋਲ ਦੁਬਾਰਾ ਹੋਇਆ, ਕਿਉਂਕਿ ਜੋ ਮੈਂ ਪਿੱਛੇ ਕੰਮ ਕੀਤਾ ਸੀ ਕਾਫੀ ਲੇਟ ਹੋ ਗਿਆ ਜਾਂ ਟਾਈਮ ਹੋ ਗਿਆ। ਪਰ ਤੁਹਾਨੂੰ ਟਾਈਮ ਲੱਗਦਾ, ਕਈ ਵਾਰ ਚੀਜ਼ਾਂ ਤੁਹਾਡੇ ਹੱਥ 'ਚ ਨਹੀਂ ਹੁੰਦੀਆਂ, ਤੁਸੀਂ ਉਹ ਚੀਜ਼ ਨੂੰ ਅਬਜ਼ਰਵ ਕਰਕੇ ਚੁੱਪ ਕਰਕੇ ਅੱਗੇ ਤੁਰਨਾ ਹੁੰਦਾ। ਸਾਡੇ ਵਾਲੇ ਮੇਰੀ ਇੱਕ ਜ਼ਿੰਦਗੀ ਦਾ ਬਹੁਤ ਅਹਿਮ ਹਿੱਸਾ ਹੈ ਅਤੇ ਬਹੁਤ ਵੱਡਾ ਇੱਕ ਮੇਰੇ ਕਰੀਅਰ 'ਤੇ ਇੱਕ ਮੋੜ ਹੈ। ਇਹ ਹੁਣ ਦਰਸ਼ਕ ਡਿਸਾਈਡ ਕਰਨਗੇ, ਕਿਉਂਕਿ ਸਾਡਾ ਕੰਮ ਸੀ, ਅਸੀਂ ਫਿਲਮ ਬਣਾਈ, ਅਸੀਂ ਪ੍ਰੋਡਿਊਸ ਕੀਤੀ, ਬਾਈ ਦੀਪ ਨੇ, ਬਾਈ ਮਨਦੀਪ ਸਿੱਧੂ ਨੇ, ਬਾਈ ਸਾਡਾ ਮਨਦੀਪ ਮੰਨੇ ਨੇ, ਸੋ ਸਾਗਾ ਮਿਊਜ਼ਿਕ, ਸਾਗਾ ਸਟੂਡੀਓ, ਇਹ ਸਾਡਾ ਇੱਕ ਜੁਆਇੰਟ ਹੈ ਨਾ, ਸਮਿਤ ਭਾਅ ਜੀ ਜੁੜੇ ਆ, ਸੋ ਸਾਡਾ ਕੁਲੈਕਟਿਵ ਹੈ ਨਾ। ਇਹ ਸਾਡਾ ਕੰਮ ਲੋਕਾਂ ਤੱਕ ਪਹੁੰਚਾਉਣੀ ਹੈ ਫਿਲਮ, ਕਿਉਂਕਿ ਡਿਸਟ੍ਰੀਬਿਊਸ਼ਨ ਇੱਕ ਬਹੁਤ ਵੱਡਾ ਪਾਰਟ ਹੈ। ਰੈਸਟ ਦਾ ਕੋਈ ਦਾਅਵਾ ਨਹੀਂ ਕਿ ਲੋਕ ਕਰਨਗੇ, ਜੋ ਟ੍ਰੇਲਰ ਵੇਖਿਆ ਸਾਹਮਣੇ ਆ, ਟ੍ਰੇਲਰ ਫਿਲਮ ਬਾਰੇ ਬਹੁਤ ਵੱਡੀ ਗੱਲ ਕਰ ਦਿੰਦਾ, ਲੋਕਾਂ ਨੂੰ ਪਸੰਦ ਨਹੀਂ ਆ, ਕਿਉਂਕਿ ਮੈਂ ਇੱਥੇ ਰਿਐਕਸ਼ਨ ਪਾ ਦੇਣ ਲੱਗਾ। ਬਟ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਵੀ ਅੱਜ ਸਾਡੇ ਫਾਈਨਲੀ 4-5 ਸਾਲ ਦੀ ਜਿਹੜੀ ਮਿਹਨਤ ਹੈ, ਅੱਜ ਸਾਡਾ ਟ੍ਰੇਲਰ ਆਇਆ, ਮੈਨੂੰ ਖੁਸ਼ੀ ਗੱਲ ਦੀ ਹੈ। ਅਤੇ ਮੈਨੂੰ ਇਹ ਵੀ ਗੱਲ ਹੈ ਵੀ ਬਾਈ ਦੀਪ ਹੁੰਦਾ ਨਾ ਤਾਂ ਇਹ ਚੀਜ਼ਾਂ ਕੁਛ ਹੋਰ ਹੁੰਦੀਆਂ, ਪਰ ਉਹ ਵਕਤ ਦਾ ਜਿਹਨੂੰ ਭਾਣਾ ਮੰਨ ਕੇ ਬਾਈ ਦੀਪ ਸਾਡੇ ਨਾਲ ਹੀ ਹੈ, ਇਹ ਬਾਈ ਦੀਪ ਦੀ ਹੀ ਫਿਲਮ ਹੈ, ਬਾਈ ਦੀਪ ਇਸ ਫਿਲਮ ਦਾ ਬਹੁਤ ਵੱਡਾ ਮੁੱਢ ਹੈ, ਦਰਖਤ ਹੈ, ਉਹ ਬੋਰਡ ਹੈ ਇਸ ਫਿਲਮ ਦਾ। ਉਹਦੀਆਂ ਅਸੀਂ ਮਾੜੀਆਂ ਮੋਟੀਆਂ ਸੀ ਕਹਿੰਦੇ ਵੀ ਸ਼ਾਖਾਵਾਂ ਜੀਆਂ ਹੈਗੀਆਂ, ਮੈਨੂੰ ਮਾਣ ਇਸ ਫਿਲਮ 'ਤੇ, ਮੈਨੂੰ ਮਾਣ ਇਸ ਦੀ ਵੀ ਮੈਂ ਪਾਰਟ ਹਾਂ, ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਮੈਂ ਦੀਪ ਦਾ ਕੋ-ਸਟਾਰ ਹਾਂ, ਅਤੇ ਇਸ ਚੀਜ਼ ਦੀ ਵੀ ਖੁਸ਼ੀ ਹੈ ਮੈਂ ਦੀਪ ਦਾ ਦੋਸਤ ਹਾਂ। ਜਤਿੰਦਰ ਮੋਹਰ ਨੇ ਫਿਲਮ ਬਣਾਈ ਹੈ, ਬਲਵਿੰਦਰ ਸਿੰਘ ਗਰੇਵਾਲ ਨੇ ਫਿਲਮ ਲਿਖੀ ਹੈ, ਮਿਊਜ਼ਿਕਲੀ ਬਹੁਤ ਚੰਗੀ ਹੈ, ਬਰਿੰਦਰ ਗਿੱਲ ਭਾਅ ਜੀ ਦਾ ਗਾਣਾ, ਲਾਭ ਹੀਰੇ ਦਾ ਗਾਣਾ, ਅਤੇ ਆਪਣਾ ਗੁਰਨਾਮ ਭੁੱਲਰ ਦਾ ਗਾਣਾ, ਅਤੇ ਸੰਗੀਤਕ ਤੌਰ 'ਤੇ ਵੀ ਚੰਗੀ ਫਿਲਮ ਹੈ। ਪਹਿਲਾਂ ਮੂਵੀ ਆਈ ਸੀ ਕੌਮ ਦੇ ਹੀਰੇ, ਹੈ ਨਾ, ਕੌਮ ਦੇ ਜਿਹੜੇ ਹੀਰੇ ਦੀ ਮੂਵੀ ਦੇ ਵਿੱਚ ਤੁਹਾਡਾ ਸੁਖਵੰਤ ਸਿੰਘ, ਬੇਅੰਤ ਸਿੰਘ ਦਾ ਇੱਕ ਕਾਫੀ ਵੱਡਾ ਕਰੈਕਟਰ ਸੀਗਾ ਜੇ ਗੱਲ ਕੀਤੀ ਜਾਵੇ, ਕਿੱਦਾਂ ਦਾ ਰਿਹਾ, ਡਿਫੀਕਲਟ ਰਿਹਾ ਜਾਂ ਫਿਰ ਉਹਨੂੰ ਕਰਨਾ ਆਸਾਨ ਲੱਗਿਆ? ਡਿਫੀਕਲਟ ਆਸਾਨ ਨਹੀਂ ਹੁੰਦਾ, ਤੁਹਾਡਾ ਪ੍ਰੋਸੈਸ ਹੁੰਦਾ ਐਗਜ਼ੈਕਟ, ਤੁਸੀਂ ਫਿਰ ਜੇ ਤੁਹਾਨੂੰ ਕੋਈ ਰੋਲ ਮਿਲਦਾ ਤੁਸੀਂ ਪਹਿਲਾਂ ਸੋਚਦੇ ਹੋ, ਵਿਚਾਰਦੇ, ਕਈ ਚੀਜ਼ਾਂ ਬਾਰੇ ਤੁਸੀਂ ਵਾਕਫ ਹੁੰਦੇ ਹੋ, ਕਈ ਚੀਜ਼ਾਂ ਬਾਰੇ ਵਾਕਫ ਨਹੀਂ ਹੁੰਦੇ। ਸਤਵੰਤ ਸਿੰਘ ਦਾ ਰੋਲ ਮੈਂ ਵਾਕਫ ਬਾਹਲਾ ਨਹੀਂ ਸੀ, ਪਰ ਜਦੋਂ ਪੜ੍ਹਿਆ ਫਿਰ ਮੈਨੂੰ ਕੁਝ ਚੀਜ਼ਾਂ ਪਤਾ ਲੱਗੀਆਂ, ਉਸ ਚੀਜ਼ ਨਾਲ ਤੁਸੀਂ ਜੋ ਤੁਹਾਨੂੰ ਅਕੈਡਮਿਕਲੀ ਮਿਲਦਾ, ਕਿਤਾਬੀ ਮਿਲਦਾ, ਤੁਸੀਂ ਕਰਨ ਦੀ ਕੋਸ਼ਿਸ਼ ਕਰਦੇ ਹੋ, ਉਹ ਇੱਕ ਅਲੱਗ ਵਿਸ਼ਾ ਸੀ, ਉਹ ਲੰਮੀ ਗੱਲ ਹੋ ਗਈ। ਉਸ ਬਾਰੇ ਵੀ ਜਦੋਂ ਫਿਲਮ ਰਿਲੀਜ਼ ਹੋਈ ਸੀ ਲੋਕਾਂ ਨੇ ਉਹ ਵੀ ਬਹੁਤ ਐਪਰੀਸ਼ੀਏਟ ਕੀਤੀ ਸੀ, ਅਨਫੋਰਚੁਨੇਟ ਪੰਜਾਬ 'ਚ ਨਹੀਂ ਹੋਈ। ਬਿੱਕਰ ਦਾ ਅਲੱਗ ਕਰਦਾਰ ਹੈ, ਬਿੱਕਰ ਦਾ ਕਰਦਾਰ ਅਲੱਗ, ਇਹ ਅਲੱਗ ਗੱਲ ਕਰਦਾ, ਇਹਦੇ 'ਚ ਬਹੁਤ ਕੁਛ ਨੇ, ਇਹਦੇ 'ਚ ਚੰਗਿਆਈ ਵੀ ਹੈ, ਬੁਰਿਆਈ ਵੀ ਹੈ, ਇਹ ਸਹਿਜ ਵੀ ਆ ਅਤੇ ਕਿਤੇ ਨਾ ਕਿਤੇ ਲੜਾਕਾ ਵੀ ਹੈ, ਕਿਉਂਕਿ ਇਨਸਾਨੀ ਫਿਦਰਤ ਹੈ, ਇਨਸਾਨ ਸੰਪੂਰਨ ਨਹੀਂ। ਆਪਣੇ ਫਿਲਮਾਂ 'ਚ ਕੀ ਹੁੰਦਾ ਵੀ ਹੀਰੋ ਸਭ ਕੁਛ ਚੰਗਾ, ਉਹ ਸਭ ਕੁਛ ਠੀਕ ਕਰ ਦਿੰਦਾ, ਸਭ ਕੁਛ ਠੀਕ ਨਹੀਂ ਹੁੰਦਾ ਹੁੰਦਾ, ਇਨਸਾਨੀ ਇਨਸਾਨਾਂ 'ਚ ਬਹੁਤ ਵਲ ਫਰੇਬ ਹੁੰਦੇ ਆ, ਉਹ ਚੰਗੇ ਵੀ ਹੁੰਦੇ, ਮਾੜੇ ਵੀ ਹੁੰਦੇ, ਬਹੁਤ ਚੰਗੇ ਵੀ ਹੁੰਦੇ, ਬਹੁਤ ਮਾੜੇ ਵੀ ਹੁੰਦੇ। ਜਤਿੰਦਰ ਮੋਹਰ ਦੀ ਇਹ ਵਿਸ਼ਲੇਸ਼ਣ ਹੈ, ਉਹ ਕਿਰਦਾਰਾਂ ਨੂੰ ਸਿੱਧਾ ਨਹੀਂ, ਚਿੱਟਾ ਕਾਲਾ ਨਹੀਂ ਪੇਸ਼ ਕਰਦਾ, ਉਹ ਬਰਾਊਨ ਵੀ, ਉਹ ਗ੍ਰੇ ਵੀ ਕਰਦਾ, ਕਿਉਂਕਿ ਅਸਲ ਜ਼ਿੰਦਗੀ 'ਚੋਂ ਚੁੱਕਦਾ ਨਾ। ਉਹਦੀ ਬੋਲੀ, ਸ਼ਬਦਾਵਲੀ, ਡਾਇਲੋਗ ਆਮ ਜ਼ਿੰਦਗੀ ਤੋਂ ਬਹੁਤ ਪ੍ਰਭਾਵਿਤ ਨੇ, ਇਹੀ ਉਹਦੀ ਖੂਬਸੂਰਤੀ ਹੈ। ਮੂਵੀ ਦੇ ਟ੍ਰੇਲਰ ਵਿੱਚ ਦੇਖਿਆ ਕਬੱਡੀ ਨਾਲ, ਜੇ ਗੱਲ ਕੀਤੀ ਹੋਵੇ ਕਬੱਡੀ ਨਾਲ ਜੁੜੀ ਹੋਈ ਹੈ ਮੂਵੀ, ਪਿੰਡਾਂ ਦੀ ਮਿੱਟੀ ਦੀ ਇੱਕ ਖੁਸ਼ਬੂ ਆ ਰਹੀ ਹੈ ਇਸ ਮੂਵੀ ਦੇ ਟ੍ਰੇਲਰ 'ਚੋਂ, ਅੱਗੇ ਮੂਵੀ 'ਚੋਂ ਵੀ ਆਉਣੀ ਹੈ ਨਾ, ਤਾਂ ਕਿੰਨੀ ਕੁ ਤੁਸੀਂ ਖੁਦ ਕਬੱਡੀ ਕਿੰਨੀ ਖੇਡਦੇ ਰਹੇ? ਨਹੀਂ ਮੈਂ ਝੂਠ ਨਹੀਂ ਬੋਲਦਾ, ਪਹਿਲਾਂ ਕਬੱਡੀ ਨਹੀਂ ਖੇਡੀ, ਮੈਂ ਦੇਖੀ ਸੀ ਸਾਡੇ ਪਿੰਡਾਂ 'ਚ ਤੀਆਂ ਲੱਗਦੀਆਂ ਹੁੰਦੀਆਂ ਸੀ, ਉਦੋਂ ਦੇਖ ਦੁੱਖ ਲੈਂਦਾ ਸੀ। ਫਿਰ ਤੁਸੀਂ ਚੰਡੀਗੜ੍ਹ ਆ ਜਾਓ, ਚੰਡੀਗੜ੍ਹ 'ਚ ਕੀ ਕਬੱਡੀ ਦੇਖਣੀ, ਚੰਡੀਗੜ੍ਹ 'ਚ ਤਾਂ ਫਿਰ ਹੋਰ ਹੀ ਕਬੱਡੀ ਚੱਲਦੀ ਹੈ, ਤੁਸੀਂ ਜ਼ਿੰਦਗੀ 'ਚ ਕਬੱਡੀ ਖੇਡਣ
ਪਰ ਮੈਂ ਲਗਾਤਾਰ ਦੋ ਢਾਈ ਮਹੀਨੇ ਫਿਰ ਮੈਂ ਪਿੰਡ ਵੀ ਲਾਉਂਦਾ ਰਿਹਾ। ਪਰ ਬੇਸਿਕ ਨੋਇੰਸਿਸ ਹੁੰਦੇ ਆ, ਤੁਸੀਂ ਬੋਡੀ ਪੋਸਚਰ ਜੈਸਚਰ ਤੁਹਾਡੇ ਉਹ ਫੋਲੋ ਕਰਨ ਦੀ ਕੋਸ਼ਿਸ਼ ਕੀਤੀ, ਹੌਲੀ ਹੌਲੀ ਆਉਂਦੇ ਆ। ਫਿਰ ਕਿਤੇ ਨਾ ਕਿਤੇ ਦੋ ਢਾਈ ਮਹੀਨੇ ਤੋਂ ਬਾਅਦ ਫਿਰ ਸਮਝਣ ਲੱਗ ਪਏ ਸੀ ਰਮਜਾਂ ਕਬੱਡੀ ਵਾਲੀ ਆ। ਜੇ ਗੱਲ ਕੀਤੀ ਜਾਵੇ ਇਸ ਮੂਵੀ 'ਚ ਇੱਕ ਦੋ ਤੁਹਾਡੇ ਜੇ ਗੱਲ ਕੀਤੀ ਜਾਵੇ, ਕਿਉਂਕਿ ਮੂਵੀ ਦੇ ਵਿੱਚ ਹਮੇਸ਼ਾ ਜਦੋਂ ਆਪਾਂ ਕੋਈ ਥੀਏਟਰ ਵਾਲੇ ਆਰਟਿਸਟ ਆਉਂਦੇ ਨੇ ਉਹਨਾਂ ਨੂੰ ਜ਼ਿਆਦਾ ਤੱਕ ਵਿਲਨ ਦਾ ਰੋਲ ਜਾਂ ਫਿਰ ਇੱਦਾਂ ਦੀਆਂ ਚੀਜ਼ਾਂ ਦਿੱਤੀਆਂ, ਇਹਦੇ ਵਿੱਚ ਵੀ ਚਲੋ ਕਿਤੇ ਕਿ ਡਿਫਰੈਂਟ ਜਿਹਾ ਕਰੈਕਟਰ ਮਿਲਿਆ ਤੁਹਾਨੂੰ, ਅਤੇ ਇਹਦੇ ਵਿੱਚ ਕੋਈ ਰੋਮਾਂਸ ਵਗੈਰਾ ਦੇਖਣ ਨੂੰ ਮਿਲੂਗਾ? ਵਿਚੋਲਾ ਤੁਹਾਡਾ ਮਾੜਾ ਸੀਗਾ? ਓ ਕਿਆ ਬਾਤ, ਵਿਚੋਲਾ ਬਈ ਦੀਪ ਸੀ ਨਾ, ਉਹ ਗੱਲ ਇਹ ਹੈ ਵੀ ਉਹ ਕੁੜੀ ਨਾਲ ਗੱਲ ਕਰਦਾ ਨਾ, ਉਹ ਕਹਿੰਦਾ ਵੀ ਜ਼ੋਰ ਬਾਲਾ ਵੀ ਕੁੜੀ ਨੇ ਜ਼ੋਰ ਤੋਂ ਕੀ ਉਹ ਤੋਂ ਕਰਾਉਣਾ ਬੋਰੀਆਂ ਚਕੋਲੀਆਂ ਕਹਿਣਾ, ਤਾਂ ਮਤਲਬ ਇਹ ਹੁੰਦਾ ਵੀ ਬਾਈ ਤੁਹਾਨੂੰ ਪਿਆਰ ਬਹੁਤ ਕਰਦਾ ਚੰਗਾ, ਉਹ ਕਹਿੰਦੀ ਵੀ ਬਾਈ ਤੂੰ ਵਿਚੋਲਾ ਬਹੁਤ ਮਾੜਾ, ਅਤੇ ਬਟ ਇਹ ਤੁਹਾਨੂੰ ਦੇਖਣ ਨੂੰ ਪਤਾ ਲੱਗੂ ਵੀ ਇੱਦਾਂ ਕੀ ਹੁੰਦਾ। ਬਟ ਇਹ ਵੀ ਇਸ ਕਰੈਕਟਰ ਸ਼ੇਡਸ ਨੇ, ਬਿੱਕਰ ਨਾਂ ਦਾ ਕਿਰਦਾਰ ਮੈਂ ਨਿਭਾ ਰਿਹਾ ਅਤੇ ਬਾਈ ਮਨਜੀਤ ਦਾ ਕਿਰਦਾਰ ਬਾਈ ਦੀਪ ਨੇ ਨਿਭਾਇਆ ਸੀ, ਅਤੇ ਉਸ ਕਿਰਦਾਰ ਦੀ ਅਲੱਗ ਕਹਾਣੀ ਹੈ। ਉਹ ਕਿਤੇ ਨਾ ਕਿਤੇ ਆਪਣੇ ਪਰਿਵਾਰ ਪ੍ਰਤੀ ਵੀ ਸਮਰਪਿਤ ਹੈ, ਆਪਣੇ ਭਰਾ ਪ੍ਰਤੀ ਵੀ ਸਮਰਪਿਤ ਹੈ, ਯਾਰੀ ਪ੍ਰਤੀ ਵੀ ਸਮਰਪਿਤ ਹੈ, ਖੇਡ ਪ੍ਰਤੀ ਵੀ ਸਮਰਪਿਤ, ਆਪਣੇ ਇਸ਼ਕ ਪ੍ਰਤੀ ਵੀ ਸਮਰਪਿਤ ਹੈ। ਬਸ ਉਹੀ ਹੈ ਵੀ ਅੰਦਰ ਉਹਦੇ ਕੁਛ ਚੱਲਦੀਆਂ ਚੀਜ਼ਾਂ, ਉਹ ਕਿਵੇਂ ਚੱਲਦੀਆਂ ਉਹ ਫਿਲਮ ਦੇਖ ਕੇ ਪਤਾ ਲੱਗਦਾ। ਭਾਈ ਕਿਤੇ ਨਾ ਮੈਂ ਨਾ ਬਹੁਤ ਵਾਰ ਦੇਖਿਆ, ਵੈਸੇ ਇੰਟਰਵਿਊਜ਼ ਬਹੁਤ ਸਾਰੀਆਂ ਦੇਖੀਆਂ ਤੁਹਾਡੀਆਂ, ਤਾਂ ਉਹਦੇ ਵਿੱਚ ਤੁਹਾਨੂੰ ਚਿੱਟੀ ਸ਼ਰਟ ਬੜੀ ਪਸੰਦ ਹੈ, ਕੀ ਚੱਕਰ ਹੈ? ਦਿੱਤੀ ਤਾਂ ਨਹੀਂ ਕਿਸੇ ਨੇ ਗਿਫਟ? ਇਹ ਤਾਂ ਬੜੀ ਡੂੰਘੀ, ਉਹ ਇਹਦਾ ਸਬੱਬ ਬਣ ਗਏ ਕਦੇ, ਮਤਲਬ ਦੇਵ ਕਰੋੜ ਦੀ ਬਾਈ ਦੀ ਗਾਂਧੀ ਦੇ ਵਕਤ ਮੈਂ ਦੇਖਿਆ ਤੂੰ ਬਲੈਕ ਪਾਈ ਸੀ, ਅੱਜ ਵੀ ਬਲੈਕ ਪਾਈ, ਚੱਕਰ ਕੀ ਹੈ? ਇੱਕ ਸਬੱਬ ਨੇ ਕਈ ਵਾਰ ਚੀਜ਼ਾਂ ਜੁੜ ਜਾਂਦੀਆਂ। ਮੈਂ ਕਿ ਮੈਨੂੰ ਪਹਿਲਾਂ ਸ਼ੌਂਕ ਸੀ, ਪਰ ਉਦੋਂ ਬਾਅਦ ਮੈਂ ਘੱਟ ਪਾਉਣੀ ਸ਼ੁਰੂ ਕਰਤੀ ਇਹ ਕਹਿ ਲਓ, ਬਟ ਚਿੱਟੀ ਸ਼ਰਟ ਮੈਨੂੰ ਸੱਚੀ ਲੱਗਦੀ ਸੀ, ਉਹ ਪਤਾ ਨਹੀਂ ਹੁਣ ਠੀਕ ਹੈ, ਹੁਣ ਮੈਂ ਰੰਗ ਬਿਰੰਗੇ ਕੱਪੜੇ ਪਾ ਲੈਂਦਾ। ਰੰਗੇ ਨੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਤੁਸੀਂ ਸਲੀਵ ਕੱਟ ਪਾਉਂਦੇ ਹੋ, ਡੋਲੇ ਡੁਲੇ ਦਿਖਾਉਂਦੇ ਹੋ, ਮਹਿਸੂਸ ਕਰਾਉਂਦੇ ਕੋਈ ਸਿਹਤ ਹੈ ਨਹੀਂ ਜ਼ਰੂਰੀ, ਡੋਲੇ ਹੋਣੇ ਜ਼ਰੂਰੀ ਨਹੀਂ, ਇਹ ਤਾਂ ਜ਼ਿੰਦਗੀ ਦਾ ਹਿੱਸਾ, ਬਾਕੀ ਹੋਰ ਚੀਜ਼ਾਂ ਹੁੰਦੀਆਂ ਜ਼ਿੰਦਗੀ 'ਚ, ਡੋਲੇ ਹੋਣੇ ਮੇਰਾ ਚਲੋ ਸ਼ੌਂਕ ਹੈ ਨਾ, ਪਰ ਮੈਂ ਇੰਝ ਕੀਤਾ ਬਾਈ ਦੀਪ ਦਾ ਵੀ ਸ਼ੌਂਕ ਸੀ, ਮੈਂ ਬਾਈ ਘੁੰਡ ਮੁੜ ਕੇ ਬਾਈ ਦੀਪ 'ਤੇ ਆਇਆ ਨਾ, ਉਹ ਫਿਟਨੈਸ ਦਾ ਸ਼ੌਂਕ ਸੀ, ਬਸ ਉਹੀ ਹੈ ਵੀ ਮੈਂ ਇਹ ਇੰਝ ਡਰਾਉਣ ਨੂੰ ਨਹੀਂ ਰੱਖੇ, ਮੈਂ ਬੜਾ ਨਰਮ ਜਿਹਾ ਬੰਦਾ ਮੇਰੇ, ਮੈਂ ਤਾਂ ਦਿਲਾਂ 'ਤੇ ਆਪਾਂ ਪਿਆਰ ਮੁਹੱਬਤ ਨਾਲ ਗੱਲ ਕਰਨੀ, ਕੋਈ ਗੁੱਸੇ ਵਾਲੀ ਗੱਲ ਨਹੀਂ। ਅਸੀਂ ਟ੍ਰੇਲਰ ਦੇਖ ਰਹੇ ਸੀ ਤਾਂ ਬਹੁਤ ਸਾਰੇ ਪੱਤਰਕਾਰ ਕਹਿ ਰਹੇ ਸੀਗੇ ਪਿੱਛੋਂ ਕਿ ਮੂਵੀ ਦਾ ਟ੍ਰੇਲਰ ਹੈ ਬਾ ਕਮਾਲ ਹੈ, ਬਹੁਤ ਅੱਗੇ ਜਾਊਗੀ, ਕਿੰਨੀ ਐਕਸੈਪਟੇਸ਼ਨਾਂ ਤੁਸੀਂ ਆਪ ਰੱਖਦੇ? ਯਾਰ ਦੇਖੋ, ਐਕਸਪੈਕਟੇਸ਼ਨ ਤਾਂ ਬੰਦਾ ਕਰਦਾ ਹੀ ਆ, ਜੇ ਕੋਈ ਵੀ ਚੀਜ਼ ਕਰਦੇ, ਜੇ ਤੁਸੀਂ ਕੋਈ ਵੀ ਬੰਦਾ ਕਰਦਾ, ਉਹ ਐਕਸਪੈਕਟੇਸ਼ਨ 'ਤੇ ਹੀ ਜ਼ਿੰਦਗੀ ਹੈ। ਬਟ ਗੱਲ ਇਹ ਆ ਯਾਰ, ਬਈ ਦੀਪ ਦਾ ਤਾਂ ਮੇਰਾ ਇਹ ਮੰਨਣਾ ਸੀ ਵੀ ਅਸੀਂ ਇੱਕ ਕੰਮ ਕਰਨਾ ਅਤੇ ਆਪਣੇ ਵੱਲੋਂ ਜੋ ਬੈਟਰ ਹੋਇਆ ਅਸੀਂ ਉਹ ਕਰਾਂਗੇ, ਬਾਕੀ ਯਾਰ ਚੀਜ਼ਾਂ ਤੁਹਾਨੂੰ ਛੱਡਣੀਆਂ ਪੈਂਦੀਆਂ, ਕਿਉਂਕਿ ਸਾਡੀ ਫਿਲਮ ਅਸੀਂ ਟ੍ਰੇਲਰ ਰਿਲੀਜ਼ ਕਰਤਾ, ਇਹਦਾ ਦੁੱਧ ਪਾਣੀ ਦਾ ਆਪਣੇ ਲੋਕਾਂ ਨੇ ਕਰ ਦੇਣਾ, ਤੁਸੀਂ ਅੰਦਰ ਮੈਂ ਆਪਣੇ ਜੋ ਮਰਜ਼ੀ ਚਲਾਈ ਜਾਵਾਂ ਬਈ ਬਹੁਤ ਸਿਰਾ ਨਹੀਂ, ਲੋਕਾਂ ਨੇ ਦੱਸ ਦੇਣਾ ਹੁੰਦਾ ਤੁਹਾਨੂੰ, ਕਿਤੇ ਨਾ ਕਿਤੇ ਤੁਹਾਨੂੰ ਪਤਾ ਲੱਗ ਜਾਂਦਾ, ਨੱਤੀ ਨੂੰ ਪਤਾ ਲੱਗ ਜਾਣਾ, ਨਤਾਰੇ ਹੋ ਜਾਣੇ ਹੈ ਨਾ, ਵੀ ਕਈ ਚੀਜ਼ਾਂ ਦੱਸ ਦਿੰਦੀਆਂ ਹੁੰਦੀਆਂ। ਸੋ ਮੈਨੂੰ ਲੱਗਦਾ ਕਿ ਦੱਸੂਗੀਆਂ ਚੀਜ਼ਾਂ, ਨੱਤੀ ਨੂੰ ਪਤਾ ਲੱਗੂ, ਕੋਈ ਦਾਅਵੇ ਦੂਵੇ ਨਹੀਂ ਭਰਾਵਾ, ਸਿੱਧੀ ਗੱਲ ਆ, ਕੋਈ ਦਾਅਵੇ ਨਹੀਂ, ਕੋਈ ਵਾਅਦੇ ਨਹੀਂ, ਮਾਣ ਆ ਵੀ ਆਪਣੇ ਮੈਂ ਫਿਲਮਾਂ ਕਰਦਾ, ਮੈਂ ਮੈਂ ਟ੍ਰੇਲਰ ਦੇਖਿਆ, ਵਾਕਈ ਵਾ ਕਮਾਲ ਟ੍ਰੇਲਰ ਬਾਈ, ਮੈਂ ਖੁਦ ਵੀ ਥੀਏਟਰ ਕੀਤਾ, ਕਾਫੀ ਸਮੇਂ ਬਾਅਦ ਇਹ ਮੂਵੀ ਦੇਖੀ। ਨਹੀਂ ਨਹੀਂ, ਥੈਂਕ ਯੂ ਵੀਰੇ, ਜੇ ਤੁਸੀਂ ਕਹਿ ਰਹੇ ਹੋ, ਬਟ ਇਹੀ ਆ ਵੀ ਸਾਡੀ ਬਸ ਸਿੱਧੀ ਜੀ ਗੱਲ ਆ, ਅਗਲੀ ਵਾਰ ਕੋਈ ਪੀਆਰ ਨਾ ਬੁਲਾਵੇ, ਪਰ ਜਿੱਥੇ ਤੱਕ ਦੇਖਿਆ ਮੂਵੀ ਵਾਕਈ ਵਾ ਕਮਾਲ ਟ੍ਰੇਲਰ ਹੈ ਬਾਈ, ਇਹ ਮੇਰੇ ਆਪਦੇ ਦਿਲ ਦੀ ਸੀਰੀਅਸਲੀ ਕਹਿ ਰਹੇ। ਥੈਂਕ ਯੂ ਵੀਰੇ, ਦੱਸਾਂ ਗੱਲ ਕੀ, ਇਹਦਾ ਰੀਜ਼ਨ ਇਹ ਵੀ ਆ ਕਿ ਤੁਸੀਂ ਪਿੰਡਾਂ ਨੂੰ ਬਿਲੋਂਗ ਕਰਦੇ ਹੋ ਅਤੇ ਤੁਸੀਂ ਉਹ ਚੀਜ਼ਾਂ ਨੂੰ ਸਮਝਦੇ ਹੋ, ਅਸੀਂ ਉਹ ਚੀਜ਼ਾਂ ਨੂੰ ਸਮਝਦੇ ਹਾਂ ਕਿਉਂਕਿ ਪਿੰਡਾਂ ਵਾਲੀਆਂ ਗੱਲਾਂ ਪਿੰਡਾਂ ਵਾਲੇ ਸਮਝਦੇ ਆ। ਬਟ ਇਹ ਹੈ ਵੀ ਚਲੋ ਆਪਾਂ ਲੋਕਾਂ ਨੂੰ ਇਹ ਚੰਡੀਗੜ੍ਹ ਵਾਲੇ ਲੋਕਾਂ ਨੂੰ ਦੱਸਣਾ ਵੀ ਅਸੀਂ ਆਹ ਸਾਡਾ ਜੀਵਨ ਹੈ ਅਤੇ ਸਾਡਾ ਫਰਜ਼ ਬਣਦਾ, ਬਿਕੋਜ਼ ਆਪਾਂ ਕਿੱਥੋਂ ਆਏ ਹਾਂ, ਇਹ ਬਹੁਤ ਮੈਟਰ ਕਰਦਾ ਅਤੇ ਆਪਾਂ ਦੱਸਣਾ ਸਾਡਾ ਫਰਜ਼ ਬਣਦਾ। ਕਾਫੀ ਸਮਾਂ ਹੋ ਗਿਆ ਗੱਲਾਂ ਬਾਤਾਂ ਕਰਦੇ ਨੇ, ਮੈਂ ਕਹੂੰਗਾ ਇੱਕ ਨਾ ਮੈਂ ਆਖਰੀ ਵਾਰ ਸਮੇਂ 'ਚ ਕਹਿਣਾ ਕਿ ਸਭ ਨੂੰ ਇੱਕ ਮੈਸੇਜ ਦੇਣਾ ਹੁੰਦਾ ਨਾ, ਪਰ ਮੈਂ ਚਾਹੂੰਗਾ ਕਿ ਥੀਏਟਰ ਵਾਲੇ ਮੁੰਡੇ, ਤੁਸੀਂ ਥੀਏਟਰ ਕਰਕੇ ਅੱਗੇ ਵਧੇ ਹੋ, ਕਲਾ ਮੰਚ ਨਾਲ ਜੁੜੇ ਹੋਏ, ਤਿਰੰਗ ਮੰਚ ਨਾਲ, ਹੈ ਨਾ, ਤਾਂ ਉਹਨਾਂ ਵਾਸਤੇ ਕੀ ਮੈਸੇਜ, ਕੀ ਸੁਝਾਅ ਦੇਣਾ ਚਾਹੋਗੇ? ਨਹੀਂ, ਮੇਰਾ ਇੱਕ ਬੜਾ ਤੁਸੀਂ ਸਹੀ ਸਵਾਲ ਪੁੱਛਿਆ, ਆਪਣੇ ਪੰਜਾਬ 'ਚ ਪ੍ਰੋਬਲਮ ਕੀ ਹੈ ਕਿ ਆਪਾਂ ਥੀਏਟਰ ਕਰਦੇ ਹਾਂ, ਆਪਾਂ ਬਹੁਤ ਅੱਛੇ ਆਰਟਿਸਟ ਹਾਂ, ਆਪਾਂ ਬਹੁਤ ਅੱਛੀ ਅਦਾਕਾਰੀ ਕਰਦੇ ਹਾਂ, ਪਰ ਕਿਤੇ ਨਾ ਆਪਾਂ ਨੂੰ ਜੋ ਮੈਂ ਦੇਖਿਆ, ਸੋਰੀ ਮੈਂ ਵੈਸੇ ਇੱਡੀ ਹੱਕ 'ਚ ਨਹੀਂ, ਕਿੱਡਾ ਵੱਡਾ ਨਹੀਂ ਬਣਿਆ ਕਿ ਮੈਂ ਕਿਸੇ ਨੂੰ ਕਹਿ ਸਕਾਂ, ਬਟ ਕਿਤੇ ਨਾ ਕਿਤੇ ਨਾ ਸੈਲਫ ਅਵੇਅਰ ਨਹੀਂ ਹੁੰਦੇ ਆਪਣੇ ਥੀਏਟਰ ਵਾਲੇ ਆਰਟਿਸਟ 'ਚ, ਉਹ ਕਿਤੇ ਨਾ ਕਿਤੇ ਮੈਂ ਕੌਨਫੀਡੈਂਸ ਵੱਲੋਂ ਕਹੂੰਗਾ ਜਾਂ ਕੁਛ ਨਹੀਂ, ਉਹ ਆਪਾਂ ਨਾ ਉਸ ਪ੍ਰਤੀ ਗੱਲ ਮਤਲਬ ਮਿਲਦੇ ਘੱਟ। ਆਪਾਂ ਨੂੰ ਇਹ ਕਰਨਾ ਚਾਹੀਦਾ ਵੀ ਮੈਂ ਥੀਏਟਰ ਆਰਟਿਸਟ ਹੈ ਅਤੇ ਯਾਰ ਮੈਂ ਕੰਮ ਕਰਨਾ। ਅੱਜ ਕੱਲ੍ਹ ਇਹ ਦੌਰ ਆ ਗਿਆ ਵੀ ਕਲਾ ਹੈਗੇ, ਉਹ ਕਹਿੰਦੇ ਨਾ ਇੰਗਲਿਸ਼ 'ਚ ਕੋਟੇਸ਼ਨ ਆ, ਯੂ ਹੈਵ ਟੂ ਬੀ ਐਟ ਦਾ ਰਾਈਟ ਪਲੇਸ ਦਾ ਰਾਈਟ ਟਾਈਮ। ਜੇ ਤੁਸੀਂ ਥੀਏਟਰ ਕਰਦੇ ਹੋ, ਉਹ ਚਾਰ
ਕਮਰੇ ਸੀਮਤ ਨਾ ਰੱਖੋ, ਲੋਕਾਂ ਨੂੰ ਦੱਸੋ ਮੈਂ ਥੀਏਟਰ ਕਰਦਾ, ਮਿਲੋ, ਇੰਟਰਵਿਊ ਦਿਉ ਜਾਂ ਆਡੀਸ਼ਨ ਦਿਉ ਜਾਂ ਕੰਮ ਕਰੋ। ਅੱਜ ਕੱਲ੍ਹ ਆਫਲੇਟਲੀ 3-4 ਵਧੀਆ ਮੁੰਡੇ ਆਏ ਆ ਜੋ ਥੀਏਟਰ 'ਚ ਬਹੁਤ ਵੱਡਾ ਕੰਮ ਕਰ ਰਹੇ, ਬਟ ਇਹ ਵੀ ਯਾਰ ਕਿਤੇ ਨਾ ਕਿਤੇ ਸੈਲਫ ਅਵੇਅਰ ਹੋਣਾ ਵੀ ਬਹੁਤ ਜ਼ਰੂਰੀ ਆ। ਕੰਮ ਪ੍ਰਤੀ ਵੀ ਅਵੇਅਰ ਹੋ, ਆਸੇ ਪਾਸੇ ਵੀ ਤੁਹਾਨੂੰ ਅਵੇਅਰ ਹੋਣਾ ਚਾਹੀਦਾ ਕੀ ਹੋ ਰਿਹਾ ਤੁਹਾਨੂੰ ਥੋੜ੍ਹਾ ਜਿਹਾ ਸਮ। ਮੈਨੂੰ ਇਹ ਲੱਗਦਾ ਕਿ ਮੈਂ ਥੀਏਟਰ ਵੀ ਕਰਦਾ ਰਿਹਾ ਮਾੜਾ ਮੋਟਾ, ਮਾੜਾ ਮੋਟਾ ਮੈਂ ਅਵੇਅਰ ਵੀ ਰਹੀ ਆਸੇ ਪਾਸੇ ਚੱਲ ਕੀ ਰਿਹਾ। ਤੁਹਾਨੂੰ ਉਹ ਅਵੇਅਰਨੈਸ ਵੀ ਬਹੁਤ ਜ਼ਰੂਰੀ ਆ, ਉਹ ਤੁਹਾਡੀ ਕਲੈਕਟਿਵ ਤੁਹਾਡੀ ਹੋਣੀ ਚਾਹੀਦੀ ਜ਼ਿੰਦਗੀ ਨੂੰ। ਬਾਈ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਸਾਰੀਆਂ ਗੁੱਡ ਵਿਸ਼ੇਸ ਤੁਹਾਡੀ ਮੂਵੀ ਲਈ। ਦੱਸ ਦੇਵਾਂਗੇ ਬਾਈ ਬਹੁਤ ਵਧੀਆ ਨੇ, ਡਾਊਨ ਟੂ ਅਰਥ ਨੇ, ਬਾਈ ਨੇ ਸੈਂਡਵਿਚ ਵਿਚਾਲੇ ਛੱਡਤੇ ਸਾਡੀ ਇੰਟਰਵਿਊ ਦੇ ਲਈ। ਬਾਈ ਬਹੁਤ ਵਧੀਆ ਲੱਗਾ ਯਾਰ, ਇਹ ਛੋਟੀ ਗੱਲ ਕਿਉਂ ਗੱਲ, ਨਹੀਂ ਮੈਨੂੰ ਸੀਰੀਅਸਲੀ ਬਹੁਤ, ਨਹੀਂ ਨਹੀਂ ਉਹ ਨਹੀਂ ਹੁੰਦਾ ਯਾਰ। ਮੈਂ ਦੇਖ ਤੂੰ ਸਵੇਰੇ 2 ਵਜੇ ਆਇਆ ਹੋਵੇਂਗਾ, 1:30 ਵਜੇ ਆਇਆ, ਅਸੀਂ ਆਏ ਅਸੀਂ ਬਹਿ ਗਏ, ਮੂੰਹ ਹਿਲਾਇਆ ਚਲੇ ਗਏ, ਤੂੰ ਵੀਰੇ ਹੁੰਦਾ ਤੂੰ ਘਰੇ ਵੀ ਜਾਣਾ। ਸੋ ਮੇਰੇ ਲਈ ਇੱਕ ਉਹੀ ਗੱਲ ਨਾ, ਆਪਾਂ ਮਨੁੱਖ ਨੂੰ ਅਲੱਗ ਰੱਖਣਾ। ਮੈਂ ਖਾ ਲਿਆ ਜਿੰਨਾ ਖਾਣਾ ਸੀ ਵੀਰੇ, ਮੈਂ ਤੈਨੂੰ ਕਹਾਂ ਮੈਂ ਵੇਟ ਕਰਾਂ ਵੀਰੇ, ਉਹਨਾਂ 'ਚ ਨਹੀਂ ਆਪਾਂ ਚੱਲਣਾ। ਸੋ ਮੇਰੀ ਯਾਰ ਸੋਰੀ, ਮੇਰਾ ਸੁਭਾਅ ਹੀ ਇਹੋ ਜਿਹਾ ਕਿ ਮੈਂ ਇਹੋ ਜਿਹਾ ਨਹੀਂ ਚਾਹੁੰਦਾ। ਹੁਣ ਜਾਓ ਘਰੇ ਆਰਾਮ ਨਾਲ ਰਿਲੈਕਸ ਕਰੋ ਸਾਡੇ ਪਰ। ਹਾਂ ਸਾਡੇ ਸੋ ਇਸ ਵੀ ਬਾਈ ਸੁਖਦੀਪ ਸਿੰਘ ਜਿਨ੍ਹਾਂ ਨੇ ਆਪਾਂ ਸਾਡੇ ਵਾਲੇ ਮੂਵੀ ਦੇ ਰਿਲੇਟਡ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ, ਥੀਏਟਰ ਵਾਲੇ ਮੁੰਡਿਆਂ ਦੇ ਲਈ ਬਹੁਤ ਸਾਰੇ ਸੁਝਾਅ ਸਾਂਝੇ ਕੀਤੇ। ਸੋ ਇੱਦਾਂ ਦੀ ਹੋਰ ਅਪਡੇਟ ਵੀ ਦਿੰਦੇ ਰਹਾਂਗੇ। ਮੈਂ ਜਸਪ੍ਰੀਤ, ਕੈਮਰਾਮੈਨ ਮੇਸ਼ੂ ਦੇ ਨਾਲ, ਦੇਖਦੇ ਰਹੋ ਦਾ ਸਟੋਰੀ ਟੀਵੀ।